2020 ਦੇ ਵਿੱਚ ਅੱਤਵਾਦ ਆ ਜਾਂ 1984 ਦੇ ਵਿੱਚ ਅੱਤਵਾਦ ਆ ਜੇ ਤੁਸੀਂ ਕਹੋਗੇ ਵੀ ਅੱਜ ਅੱਤਵਾਦ ਹੈ ਨਹੀਂਗਾ ਤੇ ਮੈਂ ਤਾਂ ਕਹੂੰਗਾ ਅੱਜ ਅੱਤਵਾਦ ਆ ਕਿ ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਫਾਂਸੀ ਲਾਓ ਜੇ ਤੇ ਜੇਕਰ ਮੈਂ ਗਲਤ ਨਹੀਂਗਾ ਤੇ ਆਪ ਵੀ ਸ਼ਰਮਿੰਦਗੀ ਖਾ ਕੇ ਜ਼ਰੂਰ ਮਰੋ ਜੇ ਉਹ ਅੱਤਵਾਦੀ ਜਿਹਨੂੰ ਤੁਸੀਂ ਕਹਿ ਰਹੇ ਹੋ ਤਾਂ ਡਰਦੇ ਸੀ ਤੇ ਕੋਈ ਦਾਜ ਨਹੀਂ ਮੰਗਦਾ ਸੀ ਤੇ ਜੇ ਗੱਲ ਕਰੀਏ ਸਾਡੇ ਨੌਜਵਾਨ ਡੂੰਘੇ ਦਰਿਆਵਾਂ ਚ ਨਹੀਂ ਡੁੱਬਦੇ ਸੀ ਤੇ ਅੱਜ ਇੰਨੀਆਂ ਗਲਾਸੀਆਂ ਦੇ ਵਿੱਚ ਡੁੱਬੇ ਪਏ ਆ ਦੱਸੋ ਜੀ ਅੱਜ ਅੱਤਵਾਦ ਆ ਜਾਂ ਉਦੋਂ ਅੱਤਵਾਦ ਸੀ ਤਾਂ ਕਦੇ ਤਾਂ ਪੰਜਾਬ ਦੇ ਜਿਹੜੇ ਟੀਚਰ ਆ ਉਹਨਾਂ ਨੂੰ ਪਹਿਲੇ ਤਾਂ ਦਾਰੂ ਦੀਆਂ ਫੈਕਟਰੀਆਂ ਚ ਲਾ ਦਿੰਦੇ ਆ ਬਾਅਦ ਦੇ ਵਿੱਚ ਸ਼ਾਮ ਨੂੰ ਕਹਿ ਦਿੰਦੇ ਆ ਵੀ ਇਹ ਫੈਸਲਾ ਰੱਦ ਕੀਤਾ ਜੇ ਅੱਜ ਇਹ ਅੱਤਵਾਦ ਨਹੀਂ ਤੇ ਅੱਤਵਾਦ ਉਦੋਂ ਸੀ ਜਾਂ ਅੱਤਵਾਦ ਅੱਜ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੀ ਹੁਣ ਗੱਲ ਕਰਨ ਲੱਗਿਆ ਇਹ ਮੈਂ ਵੀਡੀਓ ਵੇਖ ਕੇ ਹਟਿਆ ਇੰਟਰਵਿਊ ਲਈ ਸੀ ਪੱਤਰਕਾਰ ਸੀ ਉਹਨੇ ਸ਼ਿਵ ਸੈਨਾ ਦੇ ਇੱਕ ਵਿਅਕਤੀ ਦੀ ਜਿਹੜਾ ਮੈਂ ਪ੍ਰਧਾਨ ਕਹੂੰਗਾ ਉਹਨੂੰ ਪ੍ਰਧਾਨ ਦੀ ਉਹਨਾਂ ਨੇ ਇੰਟਰਵਿਊ ਲਈ ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਕਹਿੰਦੇ ਆ ਇਸ ਦਿਨ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਅਤੇ ਉਹਨਾਂ ਨੇ ਬਾਕੀ ਵਿਵਾਦ ਤਾਂ ਛੱਡੇ ਸ਼ਿਵ ਸੈਨਾ ਵਾਲਿਆਂ ਨੂੰ ਉਹਨਾਂ ਨੇ ਸਵਾਲ ਕੀਤਾ ਮੀਡੀਆ ਚੈਨਲ ਵਾਲੇ ਨੇ ਕਿ ਕਹਿੰਦਾ ਤੁਸੀਂ ਕੋਈ ਨਾ ਕੋਈ ਕਹਿੰਦਾ ਤੁਸੀਂ ਗੱਲ ਕਰਦੇ ਹੋ ਸ਼ਿਵ ਸੈਨਾ ਵਾਲਾ ਕਹਿੰਦਾ ਜੀ ਇਹ ਸਾਡੇ ਨਾਲ ਕਹਿੰਦੇ ਪੰਜਾਬ 'ਚ ਕੋਈ ਨਾ ਕੋਈ ਵਿਵਾਦ ਪਾ ਦਿੰਦਾ ਅੱਜ ਇੱਕ ਉਹਨੇ ਵਿਵਾਦਿਤ ਗੱਲ ਕੀਤੀ ਜਿਹੜੀ ਉਹ ਕਹਿੰਦਾ ਵੀ ਸੰਤ ਭਿੰਡਰਾਂ ਵਾਲਾ ਜਿਹਨੂੰ ਕਹਿੰਦੇ ਕਿ ਤੁਸੀਂ ਫੋਟੋ ਅਖੇ ਉਹਦੀ ਲਾਉਂਦੇ ਆ ਹਰਿਮੰਦਰ ਸਾਹਿਬ ਦੇ ਵਿੱਚ ਫੋਟੋ ਲਾਉਂਦੇ ਆ ਤੁਸੀਂ ਉਹ ਇੱਕ ਅੱਤਵਾਦੀ ਹੈ ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਇਹ ਗੱਲ ਅੱਜ ਤੋਂ ਜੇ 2-2.5 ਮਹੀਨੇ ਪਿੱਛੇ ਜਾਈਏ 3 ਮਹੀਨੇ ਤਾਂ ਸਾਡੇ ਜਿਹੜੇ ਰਵਨੀਤ ਬਿੱਟੂ ਜੀ ਸੀਗੇ ਉਹਨਾਂ ਨੇ ਵੀ ਇੱਕ ਵਾਰੀ ਗੱਲ ਕਹੀ ਸੀ ਕਿ ਮੈਂ ਭਿੰਡਰਾਂ ਵਾਲੇ ਨੂੰ ਇੱਕ ਵਾਰੀ ਨਹੀਂ 100 ਵਾਰੀ ਅੱਤਵਾਦੀ ਆਖੂੰਗਾ ਅੱਜ ਮੈਂ ਉਹਨਾਂ ਬੰਦਿਆਂ ਨੂੰ ਜਵਾਬ ਦਿੰਦਾ ਕਿ ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਫਾਂਸੀ ਲਾਓ ਜੇ ਤੇ ਜੇਕਰ ਮੈਂ ਗਲਤ ਨਹੀਂਗਾ ਤੇ ਆਪ ਵੀ ਸ਼ਰਮਿੰਦਗੀ ਖਾ ਕੇ ਜ਼ਰੂਰ ਮਰੋ ਜੇ ਵੀ ਮੈਂ ਕੁਝ ਗਲਤ ਕਿਹਾ ਜਾਂ ਸਹੀ ਕਹਿ ਰਿਹਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਪੁੱਛ ਰਿਹਾ ਪਹਿਲਾਂ ਮੈਂ ਜਾਊਂਗਾ 1984 ਦੇ ਵੇਲੇ ਅਤੇ ਹੁਣ ਮੈਂ ਅੱਜ ਗੱਲ ਕਰਾਂਗੇ 2020 ਦੀ ਜੇ ਅਸੀਂ 1984 ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਪੰਜਾਬ ਦੀਆਂ ਧੀਆਂ ਧਿਆਣੀਆਂ ਚਾਹੇ ਉਹ ਹਿੰਦੂ ਦੀ ਹੋਵੇ ਚਾਹੇ ਉਹ ਮੁਸਲਮਾਨਾਂ ਦੀ ਹੋਵੇ ਚਾਹੇ ਉਹ ਸਿੱਖਾਂ ਦੀ ਹੋਵੇ ਚਾਹੇ ਉਹ ਕਿਸੇ ਦੀ ਵੀ ਮੇਨ ਮੁੱਦਾ ਨੂੰ ਧੀ ਧਿਆਣੀਆਂ ਮੰਨਿਆ ਜਾਂਦਾ ਸੀ ਅਤੇ ਉਹਨਾਂ ਦੇ ਨਾਲ ਆ ਜਿਹੜਾ ਬਲਾਤਕਾਰ ਅੱਜ ਆਪਾਂ ਨਾ ਸੁਣਦੇ ਹਾਂ 2020 ਦੇ ਵਿੱਚ ਅਤੇ ਉਦੋਂ ਲੋਕ ਕੰਬ ਜਾਂਦੇ ਸੀ ਆ ਬਲਾਤਕਾਰ ਕਰਨ ਲਈ ਤਾਂ ਬਹੁਤ ਦੂਰ ਦੀ ਗੱਲ ਹੈ ਸੋਚ ਕੇ ਵੀ ਡਰਦੇ ਸੀ ਉਦੋਂ ਧੀਆਂ ਧਿਆਣੀਆਂ ਥੋੜ੍ਹਾ ਬਹੁਤਾ ਖੁੱਲ੍ਹ 'ਚ ਰਹਿੰਦੀਆਂ ਸੀਗੀਆਂ ਆ ਬਲਾਤਕਾਰ ਦਾ ਕੋਈ ਡਰ ਨਹੀਂ ਹੁੰਦਾ ਸੀਗਾ ਪਹਿਲਾ ਨੰਬਰ 'ਤੇ ਅੱਜ ਗੱਲ ਕਰੀਏ ਤਾਂ ਸਾਡੀਆਂ ਧੀਆਂ ਧਿਆਣੀਆਂ ਨੂੰ ਸੜਕਾਂ ਤੋਂ ਚੱਕ ਚੱਕ ਕੇ ਬਲਾਤਕਾਰ ਹੋਏ ਆ ਜੇ ਅਸੀਂ ਗੱਲ ਕਰੀਏ ਧੀਆਂ 3-3, 4-4 ਸਾਲ ਦੀਆਂ ਕੁੜੀਆਂ ਦੇ ਨਾਲ ਬਲਾਤਕਾਰ ਹੋ ਜਾਂਦੇ ਆ ਮੈਂ ਅੱਜ ਪੁੱਛਣਾ ਚਾਹੁੰਦਾ ਹੱਥ ਬੰਨ ਕੇ ਅਤੇ ਨਾਲੇ ਇਹ ਗੱਲ ਮੈਂ ਪੁੱਛਣਾ ਚਾਹੁੰਦਾ ਸਾਡੇ ਰਵਨੀਤ ਬਿੱਟੂ ਜੀ ਨੂੰ ਜਦੋਂ ਉਹਨਾਂ ਨੇ ਉਦੋਂ ਗੱਲ ਕੀਤੀ ਸੀ ਅਤੇ ਅੱਜ ਮੈਂ ਪੁੱਛਣਾ ਚਾਹੁੰਦਾ ਸ਼ਿਵ ਸੈਨਾ ਦੇ ਬੰਦੇ ਨੂੰ ਕਿ ਅੱਜ ਮੈਨੂੰ ਵੀਰ ਜੀ ਮੇਰਾ ਤੁਹਾਡੇ ਨਾਲ ਕੋਈ ਵਿਵਾਦ ਤਾਂ ਮੈਂ ਤੁਹਾਡੇ ਨਾਲ ਬਿਆਨ ਨਹੀਂ ਕਰਦਾ ਕਿ ਦੱਸੋ ਅੱਜ ਅੱਤਵਾਦ ਆ ਜਾਂ ਉਦੋਂ ਦਾ ਅੱਤਵਾਦ ਸੀਗਾ ਫਿਰ ਜੇ ਗੱਲ ਕਰੀਏ 1984 ਦੀ ਤਾਂ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਬੜੇ ਉੱਚੇ ਲੰਮੇ ਸੀ ਅਤੇ ਜਦੋਂ ਉਹ ਮੈਂ ਕਹਿੰਦਾ 6-6 ਫੁੱਟੇ ਨੌਜਵਾਨ ਸੀ ਸਾਡੇ ਦਰਿਆਵਾਂ ਦੇ ਵਿੱਚ ਨਹੀਂ ਡੁੱਬਦੇ ਸੀ ਅਤੇ ਮੈਂ ਅੱਜ ਇੱਕ ਗੱਲ ਕਰਨੀ ਚਾਹੂੰਗਾ ਕਿ ਅੱਜ ਜਿਹੜੇ ਸਾਡੇ ਨੌਜਵਾਨ ਆ ਟੀਕਿਆਂ ਨੇ ਮਾਰ ਲਏ ਜਿਹਨੂੰ ਕਹਿੰਦੇ ਆ ਚਿੱਟਾ ਅਤੇ ਜੇ ਗੱਲ ਕਰੀਏ ਸਾਡੇ ਨੌਜਵਾਨ ਡੂੰਘੇ ਦਰਿਆਵਾਂ 'ਚ ਨਹੀਂ ਡੁੱਬਦੇ ਸੀ ਅਤੇ ਅੱਜ ਇੰਨੀਆਂ ਗਲਾਸੀਆਂ ਦੇ ਵਿੱਚ ਡੁੱਬੇ ਪਏ ਆ ਦੱਸੋ ਜੀ ਅੱਜ ਅੱਤਵਾਦ ਆ ਜਾਂ ਉਦੋਂ ਅੱਤਵਾਦ ਸੀ ਹੁਣ ਜੇ ਮੈਂ ਗੱਲ ਕਰਾਂ ਸਾਡੀਆਂ ਧੀਆਂ ਧਿਆਣੀਆਂ ਜਿਹੜੀਆਂ ਵਿਆਹੀਆਂ ਵਰੀਆਂ ਉਦੋਂ ਜਦੋਂ ਉਹਨਾਂ ਦੀ ਵਿਆਹ ਸ਼ਾਦੀ ਹੁੰਦੇ ਸੀ ਜ਼ਿਆਦਾਤਰ ਅਸੀਂ ਕੋਈ ਧੀ ਧਿਆਣੀ ਫਾਇਆ ਲੈ ਕੇ ਮਰਦੀ ਨਹੀਂ ਵੇਹਦੇ ਸੀ ਨਾ ਅਸੀਂ ਕੋਈ ਧੀ ਧਿਆਣੀ ਅੱਗ ਲਾ ਕੇ ਆਪਦੇ ਆਪ ਨੂੰ ਜਲਾਉਂਦੀ ਦੀ ਕੋਈ ਗੱਲ ਨਹੀਂ ਸੁਣਦੇ ਸੀ ਉਹਦਾ ਕਾਰਨ ਕੀ ਸੀ ਕਿ ਉਦੋਂ ਉਹ ਅੱਤਵਾਦੀ ਜਿਹਨੂੰ ਤੁਸੀਂ ਕਹਿ ਰਹੇ ਉਦੋਂ ਡਰਦੇ ਸੀ ਅਤੇ ਕੋਈ ਦਾਜ ਨਹੀਂ ਮੰਗਦਾ ਸੀ ਅਤੇ ਜੇ ਅੱਜ ਗੱਲ ਕਰੀਏ 3 ਮਹੀਨਿਆਂ ਦੀ ਗੱਲ ਆ ਜਦੋਂ ਪਤਾ ਨਹੀਂ ਆ ਮੇਰੇ ਖਿਆਲ ਦੇ ਵਿੱਚ ਇੱਧਰ ਧਰਨੇ ਲੱਗੇ ਰਹੇ ਆ ਨਾਭੇ ਸਾਈਡ ਦੇ ਵਿੱਚ ਧੀਆਂ ਉੱਥੇ ਨਾਭੇ ਧਰਨੇ ਲੱਗੇ ਰਹੇ ਜਿਨ੍ਹਾਂ ਦਾ ਸਮਾਨ ਵਿੱਚ ਹੀ ਰੁਲ ਗਿਆ ਹੁਣ ਵੀ ਗੱਲਾਂ ਆ ਜਾਂਦੀਆਂ ਕਿ ਦਾਜ ਪਿੱਛੇ ਕੁੜੀ ਆ ਜਿਹੜੀ ਘਰੇ ਬਹਿ ਗਈ ਕਿਸੇ ਨੇ ਆਤਮ ਹੱਤਿਆ ਕਰ ਲਈ ਕਿਸੇ ਨੇ ਕੁਛ ਕਰ ਲਿਆ ਅਤੇ ਅੱਜ ਸਾਡੀਆਂ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਸਟੇਟ ਦੀਆਂ ਸਰਕਾਰਾਂ ਅੱਜ ਇਹ ਸੁੱਤੀਆਂ ਪਈਆਂ ਅੱਜ ਇਹਨਾਂ ਨੂੰ ਇਹ ਚੀਜ਼ਾਂ ਦੀਦੀਆਂ ਨਹੀਂ ਕਿ ਨੌਜਵਾਨ ਜਿਹੜੇ ਉਹ ਨਸ਼ਿਆਂ 'ਚ ਮਰੀ ਜਾਂਦੇ ਆ
ਜਿਹੜੀਆਂ ਧੀਆਂ ਧਿਆਣੀਆਂ ਉਹ ਬਲਾਤਕਾਰ ਹੋ ਜਾਂਦੇ ਆ ਕਈਆਂ ਦੇ ਨਾਲ, ਤੇ ਜਿਹੜੀਆਂ ਧੀਆਂ ਵਿਆਹੀਆਂ ਜਾਂਦੀਆਂ ਉਹਨਾਂ ਦੇ ਨਾਲ ਜਿਹੜੇ ਦਾਜ ਦੇ ਲੋਭੀ ਆ ਉਹਨਾਂ ਨੂੰ ਮਾਰ ਦਿੰਦੇ ਆ। ਤੇ ਅੱਤਵਾਦ ਅੱਜ ਆ ਉਹ 2020 ਦੇ ਵਿੱਚ ਅੱਤਵਾਦ ਆ ਜਾਂ 1984 ਦੇ ਵਿੱਚ ਅੱਤਵਾਦ ਆ? ਜੇ ਤੁਸੀਂ ਕਹੋਗੇ ਵੀ ਅੱਜ ਅੱਤਵਾਦ ਹੈ ਨਹੀਂ ਗਾ, ਤੇ ਮੈਂ ਤਾਂ ਕਹੂੰਗਾ ਅੱਜ ਅੱਤਵਾਦ ਆ। ਮੈਂ ਛੋਟੀ ਜਿਹੀ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਸਾਡੇ ਪੰਜਾਬ ਦੇ CM ਸੀ ਪਹਿਲਾਂ ਜਾਂ ਅੱਜ ਲਾ ਲਓ ਜਾਂ ਕਿਸੇ ਵੀ ਸਟੇਟਾਂ ਦੇ ਲਾ ਲਓ, ਉਹਨਾਂ ਨੇ, ਮੈਂ ਅੱਜ ਸਾਡੇ ਪੰਜਾਬ ਦੀ ਗੱਲ ਕਰੂੰਗਾ ਕਿ ਪਹਿਲਾਂ 8ਵੀਂ ਤੋਂ ਲੈ ਕੇ ਕਹਿੰਦੇ ਪਹਿਲੀ ਤੋਂ ਲੈ ਕੇ 8ਵੀਂ ਤੱਕ ਇਹਨਾਂ ਨੂੰ ਪਾਸ ਕਰੀ ਜਾਓ, ਕਿਸੇ ਨੂੰ ਫੇਲ ਨਹੀਂ ਕਰਨਾ, ਸਰਕਾਰੀ ਸਕੂਲਾਂ ਦਾ ਰੂਲ ਬਣਾਇਆ। ਫਿਰ ਸਾਡੇ CM ਸਾਹਿਬ ਜੀ ਆ ਗਏ, ਉਹ ਕਹਿੰਦੇ ਤੁਸੀਂ 10ਵੀਂ ਅਤੇ 8ਵੀਂ ਨੂੰ 20 ਨੰਬਰਾਂ 'ਤੇ ਪਾਸ ਕਰ ਦਿਓ, ਜਿੱਥੇ 30 ਨੰਬਰਾਂ 'ਤੇ ਅੱਗੇ ਬੱਚਾ ਫੇਲ ਹੋ ਜਾਂਦਾ ਸੀ। ਅੱਜ ਇਹ ਛੋਟੇ ਛੋਟੇ ਬੱਚਿਆਂ ਦੇ ਨਾਲ ਅੱਤਵਾਦ ਨਹੀਂ ਹੋ ਰਿਹਾ ਅਤੇ ਕੀ ਹੋ ਰਿਹਾ? ਪੰਜਾਬ ਦੀ ਜੇ ਗੱਲ ਕਰੀਏ ਤਾਂ ਕਦੇ ਤਾਂ ਪੰਜਾਬ ਦੇ ਜਿਹੜੇ ਟੀਚਰ ਆ ਉਹਨਾਂ ਨੂੰ ਪਹਿਲਾਂ ਦਾਰੂ ਦੀਆਂ ਫੈਕਟਰੀਆਂ 'ਚ ਲਾ ਦਿੰਦੇ ਆ, ਬਾਅਦ ਦੇ ਵਿੱਚ ਸ਼ਾਮ ਨੂੰ ਕਹਿ ਦਿੰਦੇ ਆ ਵੀ ਇਹ ਫੈਸਲਾ ਰੱਦ ਕੀਤਾ ਜੇ ਅੱਜ ਇਹ ਅੱਤਵਾਦ ਨਹੀਂ ਅਤੇ ਅੱਤਵਾਦ ਉਦੋਂ ਸੀ ਜਾਂ ਅੱਤਵਾਦ ਅੱਜ ਸੀ। ਮੈਂ ਇਹ ਪੁੱਛਣਾ ਚਾਹੁੰਦਾ ਅਤੇ ਮੈਂ ਥੋੜ੍ਹਾ ਜਿਹਾ ਦੱਸਣਾ ਵੀ ਚਾਹੂੰਗਾ, ਸਾਡੇ ਸ਼ਿਵ ਸੈਨਾ ਦੇ ਵਿਅਕਤੀ ਨੂੰ ਵੀ ਮੈਂ ਕਹਿਣਾ ਚਾਹੂੰਗਾ ਅਤੇ ਜਾਂ ਜਿਹੜੇ ਉਹਨਾਂ ਨੂੰ ਅੱਤਵਾਦ ਕਹਿੰਦੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ। ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ, ਮੰਨ ਲਓ ਤੁਹਾਡੀ ਸ਼ਿਵ ਸੈਨਾ ਜੇ ਉਹਦੇ ਵਿੱਚ ਮੈਂ ਐਡ ਹੋ ਜਾਵਾਂ ਅਤੇ ਤੁਹਾਡੀ ਤਾਂ ਸ਼ਿਵ ਸੈਨਾ ਜਿਹੜੀ ਬੜੇ ਚੰਗੇ ਕੰਮ ਕਰਦੀ ਹੋਵੇ ਤਾਂ ਮੈਂ ਉਹਦੇ ਵਿੱਚ ਐਡ ਹੋ ਕੇ ਗੋਰਖ ਕੰਮ ਕਰਾਂ, ਗੰਦੇ ਕੰਮ ਕਰਾਂ, ਕਦੇ ਐਵੇਂ ਕਿਸੇ ਨੂੰ ਕੁੱਟਤਾ, ਕਿਸੇ ਨੂੰ ਨਜਾਇਜ਼ ਕੁੱਟਤਾ ਅਤੇ ਉਹਦਾ ਤੁਹਾਡਾ ਹੀ ਨਾਂ ਬਦਨਾਮ ਹੋਣਾ? ਇਹ ਨਾਂ ਬਦਨਾਮ ਕਰਨ ਵਾਲੇ ਬੰਦੇ ਆਪਦੇ ਹੁੰਦੇ ਆ। ਜਿਵੇਂ ਪਾਰਟੀ ਦੇ ਵਿੱਚ 4 ਬੰਦੇ ਘੁੱਸ ਜਾਂਦੇ ਆ ਪਾਰਟੀ ਦੇ ਵਿੱਚ ਐਡ ਹੋ ਕੇ ਅਤੇ ਪਾਰਟੀ ਦਾ ਨਾਂ ਬਦਨਾਮ ਕਰਦੇ, ਉਵੇਂ ਉਹਨਾਂ ਦਾ ਵੀ ਨਾਂ ਬਦਨਾਮ ਕੀਤਾ ਸੀਗਾ। ਪਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਮੈਨੂੰ ਇਹਦੇ ਬਾਰੇ ਦੱਸਿਆ ਜਾਵੇ, ਅੱਤਵਾਦ ਅੱਜ ਆ ਜਾਂ ਅੱਤਵਾਦ ਕੱਲ੍ਹ ਸੀ? ਮੈਂ ਸਾਡੇ ਜਿਹੜੇ ਸ਼ਿਵ ਸੈਨਾ ਦਾ ਵਿਅਕਤੀ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ ਵੀ ਮੈਨੂੰ ਇਹਨਾਂ ਚੀਜ਼ਾਂ ਦਾ ਜਵਾਬ ਚਾਹੀਦਾ ਵੀ ਅੱਤਵਾਦ 1984 ਦੇ ਵਿੱਚ ਸੀ ਜਾਂ ਅੱਤਵਾਦ ਅੱਜ ਹੈ। ਗੱਲਾਂ ਤਾਂ ਬਹੁਤ ਹੈ ਪਰ ਮੈਂ ਤੁਹਾਨੂੰ ਥੋੜ੍ਹੀਆਂ ਥੋੜ੍ਹੀਆਂ ਪੁੱਛੀਆਂ, ਇਹਨਾਂ ਗੱਲਾਂ ਦੇ ਮੈਨੂੰ ਜਵਾਬ ਚਾਹੀਦੇ ਆ। ਮੀਡੀਆ ਚੈਨਲ ਵਾਲੇ ਵੀ ਉਹਨਾਂ ਨੂੰ ਗੱਲ ਪੁੱਛਣ ਕਿ ਵਿਸ਼ਵਦੀਪ ਨਾਂ ਦਾ ਵਿਅਕਤੀ ਉਹਨੇ ਤੁਹਾਡੇ ਕੋਲੋਂ ਪੁੱਛਿਆ ਕਿ ਅੱਤਵਾਦ ਅੱਜ ਆ ਜਾਂ ਅੱਤਵਾਦ ਕੱਲ੍ਹ ਸੀ? ਪਹਿਲਾਂ ਸਾਡੇ ਨੌਜਵਾਨ ਨਸ਼ਿਆਂ ਦੀ ਹੜ੍ਹ ਦੇ ਵਿੱਚ ਹੈਣੀ ਸੀ, ਅੱਜ ਡੁੱਬੇ ਜਾ ਰਹੇ ਆ। ਪੰਜਾਬ ਦਾ ਜਿਹੜਾ ਬੀਨਾਜ ਹੋ ਰਿਹਾ, ਮੈਂ ਤਾਂ ਪੰਜਾਬੀ ਦੇ ਵਿੱਚ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।